सिद्ध गुरु बिन मुक्त ना पावे। गुर कर सच विचार, गुरु कर रे मन मेरे। गुर कर शब्द सपोना, अघन कटें सब तेरे। गुर डैन बैन गुर गुर करो, गुरु सत कव नल्या कह। जिन गुरु ना देखियो नह कियो, ते अकियाथ संसार में है। सतनाम श्री वाहे गुरु, साहिब जी राज
राजन कौन तुम्हारे आवै, ऐसो पाओ बिदर को देखियो, ओहो गरीब मोहे पावे, राजन कौन तुम्हारे आवे, ऐसो पाओ बिदर को देखियो, ओहो गरीब मोहे पावे, रहाव हस्ती देख परम ते भूला, श्री भगवान ना जानिया, तुमरो दूध बिदर को पानो, अमृत कर मैं मानिया, खीर समान साग मैं पाया, गुण गावत रैन बिहानी, कबीर को ठाकुर आनंद विनोदी, जात ना काहू की मानी, खीर समान साग मैं पाया, गुण गावत रैन बिहानी, कबीर को ठाकुर आनंद विनोदी, जात ना काहू की मानी, वाहिगुरु जी का खालसा, वाहिगुरु जी की फतेह। परम सन्मान योग चवर छतर तखर दे मालक, सिद्धांतां दे खजाने गुरता गद्दी ते सुभाईमान, सर्ब सांझीवालता दे पैगंबर, मनुखता दे रहबर, धन 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 श्री गुरु ग्रंथ साहिब महाराज जी दे पावन पवित्र चरण कमलां पास अमृत वेले तो सतगुरु दे पावन दीवाना दियां हाजरियां भर रहे गुरमुख प्यारे गुरु सवारे सतसंगी जनों वडभागे हां, जिन्हां नूं सतगुरु की अपार रहमत अते बख्शिश सदका जीवन दियां अमोलक घड़ियां नूं सफल करन दा सुभागा समा प्राप्त होया। आप जी ने गुरु सवारियां दे पासों अमृतमई बाणी आसा की वार दे रस भिन्ने शब्द कीर्तन श्रवण कीते ने, उपरंत धन श्री गुरु ग्रंथ साहिब महाराज जी दी चल रही लड़ीवार गुरु शब्द विचार दे अधीन अज भगत कबीर साहब जी दी पावन रसना तो उचारण कीते हुए राग मारू दे अंदर दर्ज धन श्री गुरु ग्रंथ साहिब महाराज जी दे मुबारक अंग
1105 ਦੇ ਉੱਪਰ ਸੁਭਾਏ ਮਾਨ ਸੰਪੂਰਨ ਸ਼ਬਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ। ਬਖਸ਼ੋ ਅਸੀਸ ਸਰਬੱਤ ਸੰਗਤ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਵਿੱਚ ਹਾਜ਼ਰੀ। ਸਰਬੱਤ ਸੰਗਤ ਕਰੋ ਮਨੋ ਬਿਰਤੀਆਂ ਨੂੰ ਇਕਾਗਰ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਕਬੀਰ ਸਾਹਿਬ ਨੇ ਜੋ ਅੱਜ ਇਸ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਸ਼ਬਦ ਦੇ ਵਿੱਚ ਕਬੀਰ ਸਾਹਿਬ ਨੇ ਅਕਾਲ ਪੁਰਖ ਪਰਮਾਤਮਾ ਦੇ ਸੁਭਾਅ ਦੀ ਗੱਲ ਕੀਤੀ ਹੈ। ਜਿਵੇਂ ਉਦਾਹਰਣ ਤਾਂ ਕਬੀਰ ਸਾਹਿਬ ਨੇ ਦਿੱਤੀ ਹੈ ਮਹਾਂਭਾਰਤ ਦੇ ਵਿੱਚ, ਜੋ ਹਿੰਦੂ ਮਿਥਿਹਾਸ ਦੇ ਦੌਰਾਨ ਸਾਖੀਆਂ ਨੇ ਵੀ ਜਿਸ ਤਰ੍ਹਾਂ ਕਿ ਸ਼੍ਰੀ ਕ੍ਰਿਸ਼ਨ ਇੱਕ ਵਾਰ ਹਸਤਨਾਪੁਰ ਗਏ ਅਤੇ ਉਸ ਇਲਾਕੇ ਦੇ ਵਿੱਚ ਜਿਹੜਾ ਰਾਜ ਸੀ ਉਹ ਕੌਰਵਾਂ ਦਾ ਸੀ ਅਤੇ ਦੁਰਯੋਧਨ ਸੀ ਉੱਥੋਂ ਦਾ ਰਾਜਾ, ਪਰ ਉਹਨਾਂ ਕੌਰਵਾਂ ਨੂੰ ਜਾਂ ਦੁਰਯੋਧਨ ਨੂੰ ਆਪਣੇ ਆਪ 'ਤੇ ਬੜੀ ਉਮੀਦ ਸੀ, ਬੜਾ ਮਾਣ ਸੀ ਵੀ ਕ੍ਰਿਸ਼ਨ ਜੀ ਉਹ ਸਾਡੇ ਘਰ ਆਉਣਗੇ ਕਿਉਂਕਿ ਰਾਜ ਸਾਡਾ, ਅਸੀਂ ਹਕੂਮਤ ਦੇ ਮਾਲਕ ਹਾਂ। ਪਰ ਹੋਇਆ ਕਿ ਮਹਾਂਭਾਰਤ ਦੇ ਵਿੱਚ ਸਾਖੀ ਹੈ ਵੀ ਕ੍ਰਿਸ਼ਨ ਜੀ ਜਿਨ੍ਹਾਂ ਦਾ ਰਾਜ ਭਾਗ ਸੀ ਜਾਂ ਜਿਹੜੇ ਉੱਚੀ ਜ਼ਾਤ ਵਾਲੇ ਸਨ, ਜਿਹੜੇ ਰਾਜੇ ਸਨ, ਉਹਨਾਂ ਦੇ ਘਰ ਉਹ ਨਹੀਂ ਗਏ ਅਤੇ ਉਹਨਾਂ ਨੇ ਜਾਣਾ ਪਸੰਦ ਕੀਤਾ ਬਿਦਰ ਦੇ ਘਰ, ਜਿਹੜਾ ਉਹਨਾਂ ਦਾ ਭਗਤ ਸੀ ਅਤੇ ਸਾਫ ਬਿਰਤੀ ਵਾਲਾ ਸੀ, ਚੰਗੀ ਸੋਚ ਵਾਲਾ ਸੀ, ਪਰ ਉਹਦੀ ਜਾਤ ਵੀ ਕੋਈ ਬਹੁਤੀ ਉੱਚੀ ਨਹੀਂ ਸੀ। ਨੀਵੀਂ ਕੁੱਲ ਦੇ ਵਿੱਚ ਪੈਦਾ ਹੋਣ ਵਾਲੇ ਗਰੀਬ ਦੇ ਘਰ ਜਾ ਕੇ ਠਹਿਰੇ ਅਤੇ ਆਪਣੇ ਗਰੀਬ ਸੇਵਕ ਦੇ ਘਰੋਂ, ਭਾਵੇਂ ਉਹ ਸਾਗ ਛਕਿਆ ਜਾਂ ਖਾਧਾ, ਉਹ ਕਹਿੰਦੇ ਮੈਨੂੰ ਖੀਰ ਦੇ ਸਮਾਨ ਹੈ। ਇੱਕ ਪਾਸੇ ਰਾਜਿਆਂ ਮਹਾਰਾਜਿਆਂ ਦੇ ਘਰ ਦੇ ਵਿੱਚ ਭਾਵੇਂ ਦੁੱਧ ਪਿਆਇਆ ਜਾ ਰਿਹਾ ਦੁੱਧ, ਪਰ ਜਿਹੜਾ ਭਾਵਨਾ ਵਾਲਾ ਹੈ, ਜਿਹੜਾ ਸ਼ਰਧਾ ਵਾਲਾ ਹੈ, ਉਹਦੇ ਹੱਥਾਂ ਦਾ ਕਹਿੰਦੇ ਪਾਣੀ ਵੀ ਮੈਨੂੰ ਦੁੱਧ ਦੀ ਲਿਆਈ ਹੈ, ਦੁੱਧ ਦੀ ਲਿਆਈ। ਇਹਦੇ ਵਿੱਚ ਇਹੀ ਉਦਾਹਰਨਾਂ ਦੇ ਕੇ ਸਪਸ਼ਟ ਕੀਤਾ ਕਬੀਰ ਸਾਹਿਬ ਨੇ ਵੀ ਮੇਰਾ ਮਾਲਕ ਕਹਿਣਾ ਜਿਹੜਾ ਰੱਬ, ਜਿਵੇਂ ਕ੍ਰਿਸ਼ਨ ਜੀ ਗਏ ਹਸਤਨਾਪੁਰ, ਰਾਜ ਕੌਰਵਾਂ ਦਾ ਸੀ, ਦੁਰਯੋਧਨ ਰਾਜਾ ਸੀ, ਪਰ ਉਹਨੂੰ ਆਪਣੇ ਆਪ 'ਤੇ ਬੜਾ ਵਿਸ਼ਵਾਸ ਸੀ ਵੀ ਇਹ ਮੇਰੇ ਘਰ ਆਉਣਗੇ, ਅਮੀਰ ਸੀ, ਆਪਣੇ ਹਾਥੀ ਘੋੜਿਆਂ ਜਾਂ ਰਾਜ ਭਾਗ ਨੂੰ ਦੇਖ ਕੇ ਹੰਕਾਰ ਸੀ, ਪਰ ਉਹ ਉਹਦੇ ਘਰ ਨਹੀਂ ਗਏ, ਉਹ ਬਿਦਰ ਦੇ ਘਰ ਵਿੱਚ, ਪਰ ਉਹ ਨੀਵੀਂ ਜ਼ਾਤ ਜਾਂ ਕੁੱਲ ਵਿੱਚ ਪੈਦਾ ਹੋਣ ਵਾਲਾ ਸੀ ਅਤੇ ਬਹੁਤੀ ਅਮੀਰੀ ਵੀ ਨਹੀਂ ਸੀ, ਬੜਾ ਗਰੀਬ ਸੀ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਵੀ ਜਿਹੜਾ ਮੇਰਾ ਰੱਬ ਹੈ ਨਾ, ਰੱਬ ਅਕਾਲ ਪੁਰਖ, ਕਹਿੰਦੇ ਉਹ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਉਹ ਕਦੀ ਕਿਸੇ ਨਾਲ ਭੇਦਭਾਵ ਨਹੀਂ ਕਰਦਾ। ਮੇਰੇ ਮਾਲਕ ਦਾ ਜਿਹੜਾ ਸੁਭਾਅ ਹੈ, ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਬਾਣੀ ਦੇ ਵਿੱਚ ਉਦਾਹਰਨਾਂ ਦਿੱਤੀਆਂ ਨੇ, ਅਤੇ ਸਤਿਗੁਰੂ ਕਹਿੰਦੇ ਵੀ ਮੇਰੇ ਰੱਬ ਦਾ ਜਿਹੜਾ ਸੁਭਾਅ ਹੈ ਉਹ ਸੂਰਜ ਵਰਗਾ ਹੈ। ਸੂਰਜ ਨੇ ਕਦੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਸੂਰਜ ਕਦੀ ਇਹ ਨਹੀਂ ਕਹਿੰਦਾ ਵੀ ਮੈਂ ਜ਼ਿਆਦਾ ਪ੍ਰਕਾਸ਼ ਅਮੀਰ ਦੇ ਘਰ 'ਚ ਦੇਣਾ ਅਤੇ ਗਰੀਬ ਦੇ ਘਰ 'ਚ ਘੱਟ। ਹਵਾ ਨੇ ਕਦੀ ਵਿਤਕਰਾ ਨਹੀਂ ਕੀਤਾ ਵੀ ਮੈਂ ਅਮੀਰ ਨੂੰ ਜ਼ਿਆਦਾ ਠੰਡਕ ਦੇਣੀ ਹੈ ਅਤੇ ਗਰੀਬ ਨੂੰ ਘੱਟ।
ਜਿਵੇਂ ਹਵਾ ਹਰ ਇੱਕ ਨੂੰ ਸਮਾਨ ਬਰਾਬਰ ਲੱਗ ਰਹੀ ਹੈ, ਜਿਵੇਂ ਸੂਰਜ ਦੀਆਂ ਕਿਰਨਾਂ ਹਰ ਇੱਕ 'ਤੇ ਬਰਾਬਰ ਪੈ ਰਹੀਆਂ ਨੇ, ਅਤੇ ਬਿਲਕੁਲ ਰੱਬ ਦਾ ਜਿਹੜਾ ਸੁਭਾਅ ਹੈ ਉਹ ਵੀ ਇਸ ਤਰ੍ਹਾਂ ਦਾ ਹੈ। ਮਾਲਕ ਅਮੀਰੀ ਨਹੀਂ ਦੇਖਦਾ, ਉਹ ਉੱਚੀਆਂ ਜ਼ਾਤਾਂ ਨਹੀਂ ਦੇਖਦਾ, ਉਹ ਭਾਵਨਾ ਦੇਖਦਾ। ਭਾਵਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਭਗਤ ਰਵਿਦਾਸ ਦਾ ਪਾਵਨ ਸ਼ਬਦ ਦੇ ਸ਼ੁਰੂ ਹੁੰਦਾ ਵੀ ਐਸੀ ਲਾਲ ਤੁਝ ਬਿਨ ਕਵਨ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਧਰੈ। ਕਹਿੰਦੇ ਵੀ ਮਾਲਕਾ ਤੇਰੇ ਤੋਂ ਬਿਨਾਂ ਇਹ ਰਹਿਮਤ ਕੌਣ ਕਰ ਸਕਦਾ। ਇੱਥੇ ਤਾਂ ਗਰੀਬਾਂ ਨੂੰ ਮਾਣ ਸਤਿਕਾਰ ਨਹੀਂ ਨਾ, ਪਰ ਉਹ ਧੰਨ ਸਨ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਜਿਨ੍ਹਾਂ ਨੇ ਅਹਿਮਦਾਬਾਦ ਦੀ ਧਰਤੀ 'ਤੇ ਜਾ ਕੇ ਮਲਕ ਭਾਗੋ ਦਾ ਨਹੀਂ ਭਾਈ ਲਾਲੋ ਦਾ ਦਰਵਾਜ਼ਾ ਖੜਕਾਇਆ। ਪਰ ਅੱਜ ਕਿੰਨੇ ਕੁ ਨੇ ਜਿਹੜੇ ਭਾਈ ਲਾਲੋ ਦੇ ਨਾਲ ਪਿਆਰ ਕਰਨ ਵਾਲੇ ਨੇ? ਨਹੀਂ, ਅੱਜ ਸਾਰੇ ਮਲਕ ਭਾਗੋ ਦੇ ਯਾਰ ਨੇ, ਭਾਈ ਲਾਲੋ ਦਾ ਕੋਈ ਬਣ ਕੇ ਰਾਜੀ ਨਹੀਂ। ਭਗਤ ਰਵਿਦਾਸ ਕਹਿੰਦੇ ਐਸੀ ਲਾਲ ਤੁਝ ਬਿਨ ਕਵਨ ਕਰੇ। ਮਾਲਕਾ ਦੁਨੀਆਂ ਦੇ ਲੋਕ ਤਾਂ ਵੱਡੇ ਵੱਡੇ ਲੋਕਾਂ ਨੂੰ ਵਡਿਆ ਰਹੇ ਨੇ, ਭਰਿਆਂ ਦੇ ਘਰ ਭਰ ਰਹੇ ਨੇ, ਪਰ ਤੇਰੇ ਤੋਂ ਬਿਨਾਂ ਐਸਾ ਕੌਣ ਹੋ ਸਕਦਾ ਜਿਹੜਾ ਬਖਸ਼ਿਸ਼ ਕਰੇ, ਰਹਿਮਤ ਕਰੇ। ਐਸੀ ਲਾਲ ਤੁਝ ਬਿਨ ਕਵਨ ਕਰੇ, ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲਾ ਤੂੰ ਹੈ। ਕਹਿੰਦੇ ਗੁਸਈਆਂ ਮੇਰਾ ਮੱਥ ਹੈ ਛਤਰ ਧਰੈ, ਜਾ ਕੀ ਸ਼ੋਤ ਜਗਤ ਕੋ ਲਾਗੈ। ਹਿੰਦੂ ਧਰਮ ਦੇ ਅੰਦਰ ਵਰਨ ਵੰਡ ਦੇ ਮੁਤਾਬਕ ਇਹ ਕਹਿ ਦਿੱਤਾ ਗਿਆ ਵੀ ਜਿਹੜਾ ਸ਼ੂਦਰ ਹੈ, ਨੀਵੀਂ ਜਾਤ ਵਾਲਾ, ਇਹਨੂੰ ਅਧਿਕਾਰ ਨਹੀਂ, ਇਹਦਾ ਪਰਛਾਵਾਂ ਵੀ ਪੈ ਜੇ ਤੇ ਚੁੱਲ੍ਹਾ ਤੇ ਚੌਂਕਾ ਭਿੱਟ ਜਾਂਦਾ, ਇਹਦਾ ਪਰਛਾਵਾਂ ਪੈ ਜਾਏ ਤੇ ਤਿਆਰ ਕੀਤਾ ਹੋਇਆ ਭੋਜਨ ਵੀ ਖਾਣ ਦੇ ਲਾਇਕ ਨਹੀਂ ਰਹਿੰਦਾ। ਕਹਿੰਦੇ ਵੀ ਜਾ ਕੀ ਸ਼ੋਤ ਜਗਤ ਕੋ ਲਾਗੈ, ਜਿਹਦਾ ਪਰਛਾਵਾਂ ਪੈਣ ਤੋਂ ਵੀ ਉੱਚੀਆਂ ਜਾਤਾਂ ਵਾਲੇ ਡਰਦੇ ਸਨ, ਤਾਂ ਪਰ ਤੂੰ ਹੀ ਡਰੈ। ਮਾਲਕਾ ਉਹਨਾਂ 'ਤੇ ਰਹਿਮਤ ਅਤੇ ਬਖਸ਼ਿਸ਼ ਕਰਨ ਵਾਲਾ ਤੂੰ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਆਪਣੀ ਪਹਿਲੀ ਉਦਾਸੀ ਆਰੰਭ ਕੀਤੀ, ਪਹਿਲੀ ਉਦਾਸੀ ਤੇ ਸਭ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੇ ਅਹਿਮਦਾਬਾਦ ਦੀ ਧਰਤੀ 'ਤੇ ਗਏ ਨੇ ਤੇ ਭਾਈ ਲਾਲੋ ਦੇ ਘਰ, ਭਾਈ ਲਾਲੋ ਦਾ ਦਰਵਾਜ਼ਾ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਖੜਕਾਇਆ ਤੇ ਅੰਦਰੋਂ ਆਵਾਜ਼ ਆਈ ਸੀ ਕਿ ਕੌਣ? ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਲਾਲੋ, ਮੈਂ ਮੁਸਾਫਰ ਹਾਂ। ਤੇ ਭਾਈ ਲਾਲੋ ਆਖਦਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਇਹ ਸਾਰਾ ਸੰਸਾਰ ਹੀ ਮੁਸਾਫਰ ਖਾਨਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਭਾਈ ਲਾਲੋ, ਮੈਂ ਤੇਰੇ ਵਰਗਿਆਂ ਨੂੰ, ਤੇਰੇ ਵਰਗੇ ਮੁਸਾਫਰਾਂ ਨੂੰ ਹਮ ਸਫ਼ਰ ਬਣਾਉਣ ਆਇਆ। ਭਾਈ ਲਾਲੋ ਨੇ ਆਪਣਾ ਦਰਵਾਜ਼ਾ ਖੋਲ੍ਹਿਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਾਲੋ ਦੇ ਘਰ ਵਿੱਚ ਨਿਵਾਸ ਕੀਤਾ ਤੇ ਇੱਥੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਨੂੰ ਮੁਖਾਤਬ ਕਰਕੇ ਆਖਿਆ ਸੀ। ਜਦੋਂ ਭਾਈ ਲਾਲੋ ਇਹ ਗੱਲ ਪੁੱਛਦਾ ਵੀ ਸਤਿਗੁਰੂ, ਤੁਸੀਂ ਜਿਹੜੀ ਆ ਕਵਿਤਾ, ਆ ਰਚਨਾ ਆਪਣੀ ਜ਼ੁਬਾਨ ਤੋਂ ਪੜ੍ਹ ਰਹੇ ਹੋ, ਤੁਸੀਂ ਇਹ ਕੋਈ ਪਹਿਲਾਂ ਲਿਖਿਆ ਹੋਣਾ, ਇਹ ਰਚਨਾ ਉਚਾਰੀ ਹੋਵੇਗੀ, ਤੇ ਜਿਹੜੀ ਸਤਿਗੁਰੂ ਤੁਸੀਂ ਭਾਈ ਮਰਦਾਨੇ ਦੀ ਰਬਾਬ ਦੇ ਵੱਜਣ ਦੇ ਨਾਲ ਇਹ ਪੜ੍ਹ ਰਹੇ ਹੋ ਆਪਣੀ ਜ਼ੁਬਾਨ ਤੋਂ? ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸੀ, ਨਹੀਂ ਭਾਈ ਲਾਲੋ, ਮੈਂ ਖਸਮ ਦਾ ਭੇਜਿਆ ਆਇਆ ਵਾਂ, ਜਿਵੇਂ ਉਹ ਮੈਨੂੰ ਬੁਲਾਉਂਦਾ ਤੇ ਉਵੇਂ ਮੈਂ ਬੋਲਦਾ। ਸਤਿਗੁਰੂ ਨੇ ਆਖਿਆ ਸੀ ਵੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ।
ਖਸਮ ਦਾ ਭੇਜਿਆ ਆਇਆ ਜਿਵੇਂ ਉਹ ਮੇਰੇ ਤੋਂ ਬੁਲਾਉਂਦਾ ਤੇ ਉਵੇਂ ਮੈਂ ਬੋਲ ਰਿਹਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦਾ ਤਾਂ ਵਾਹ ਵਾਸਤਾ ਗਰੀਬਾਂ ਦੇ ਨਾਲ ਹੈ। ਜਿਹੜੀ ਸਿੱਖੀ ਹੈ ਇਹ ਸਿੱਖੀ ਗਰੀਬੀ ਦੀ ਗੋਦ ਦੇ ਵਿੱਚ ਪਲੀ ਹੈ ਤੇ ਗਰੀਬੀ ਦੀ ਗੋਦ ਦੇ ਵਿੱਚ ਇਹ ਸਿੱਖੀ ਪਲ ਰਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਾਹ ਵਾਸਤਾ ਗਰੀਬਾਂ ਦੇ ਨਾਲ ਰਿਹਾ ਤੇ ਸਤਿਗੁਰੂ ਦਾ ਸਿਧਾਂਤ ਹੀ ਇਹ ਹੈ, ਨੀਚਾ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ। ਸਤਿਗੁਰੂ ਨੇ ਵੱਡੇ ਮਹੱਲ ਜਾਂ ਮਹਿਲ ਮਾੜੀਆਂ ਨਹੀਂ ਦੇਖੀਆਂ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖੀ ਹੈ ਭਾਵਨਾ, ਦੇਖੀ ਹੈ ਸ਼ਰਧਾ ਤੇ ਸਤਿਗੁਰੂ ਨੇ ਦੇਖਿਆ ਪਿਆਰ। ਨੀਚਾ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓਂ ਕਿਆ ਰੀਸ। ਹੁਣ ਨੀਚਾਂ ਦੇ ਸੰਗ ਨੀਚਾਂ ਦੇ ਨਾਲ ਵੱਡੇ ਕੀ ਰੀਸ ਕਰ ਸਕਦੇ ਨੇ? ਜਿੱਥੇ ਭਾਵਨਾ ਹੈ, ਜਿੱਥੇ ਪਿਆਰ ਹੈ, ਜਿੱਥੇ ਸ਼ਰਧਾ ਹੈ। ਤੇ ਕਬੀਰ ਸਾਹਿਬ ਅੱਜ ਆਖਦੇ ਵੀ ਮੇਰਾ ਮਾਲਕ ਇਹ ਸ਼ਰਧਾ ਤੇ ਪਿਆਰ ਦੇਖਦਾ, ਇਹ ਉੱਚੀਆਂ ਜ਼ਾਤਾਂ ਤੇ ਰਾਜ ਭਾਗ ਨਹੀਂ ਦੇਖਦਾ। ਆ ਥੋੜ੍ਹੇ ਦਿਨ ਹੋਏ ਇੱਕ ਗੁਰਮੁਖ ਗੱਲ ਕਰ ਰਹੇ ਸੀ, ਕਹਿੰਦੇ ਵੀ ਇੱਕ ਗਰੀਬ ਸਿੱਖ ਨੇ ਆਪਣੇ ਮੁਹੱਲੇ ਦੇ ਵਿੱਚ ਆਏ ਹੋਏ ਸੰਤ ਪੁਰਸ਼ਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਵੀ ਤੁਸੀਂ ਮੇਰੇ ਘਰ ਵਿੱਚ ਚੱਲੋ ਤੇ ਮੈਂ ਪ੍ਰਸ਼ਾਦਾ ਤਿਆਰ ਕਰਕੇ ਤੇ ਤੁਹਾਨੂੰ ਛਕਾਉਣਾ ਚਾਹੁੰਦਾ। ਕਹਿੰਦੇ ਉਹ ਸਿੱਖ ਗਰੀਬ ਸੀ, ਥੋੜ੍ਹਾ ਆਰਥਿਕ ਪੱਖ ਤੋਂ ਕਮਜ਼ੋਰ ਸੀ, ਉਹਨੇ ਬੇਨਤੀ ਕੀਤੀ ਤੇ ਕਹਿੰਦੇ ਵੀ ਉਹਨਾਂ ਗੁਰਮੁਖਾਂ ਨੇ ਕਹਿ ਦਿੱਤਾ ਵੀ ਸੱਜਣਾ ਤੂੰ ਪ੍ਰਸ਼ਾਦਾ ਤਿਆਰ ਕਰ ਲੈ ਤੇ ਅਸੀਂ ਛਕ ਲਵਾਂਗੇ। ਕਹਿੰਦੇ ਵੀ ਉਹਨੇ ਪ੍ਰਸ਼ਾਦਾ ਤਿਆਰ ਕੀਤਾ, ਉਹਦੀ ਘਰਵਾਲੀ, ਬੱਚੇ, ਪਰਿਵਾਰ, ਛੋਟਾ ਜਿਹਾ ਘਰ ਸੀ ਉਹਨਾਂ ਦਾ, ਤੇ ਬਾਬਾ ਜੀ ਤੇ ਉਹਨਾਂ ਦੇ ਨਾਲ ਲਗਭਗ 8-10 ਜਾਣੇ ਹੋਰ। ਪ੍ਰਸ਼ਾਦਾ ਤਿਆਰ ਹੋ ਗਿਆ, ਉਸ ਸੱਜਣ ਨੇ ਜਦੋਂ ਆ ਕੇ ਬੇਨਤੀ ਕੀਤੀ ਵੀ ਬਾਬਾ ਜੀ ਚੱਲੋ ਮੇਰੇ ਘਰ ਵਿੱਚ ਪ੍ਰਸ਼ਾਦਾ ਛਕੋ ਤੇ ਨਾਲੇ ਅੱਜ ਦੀ ਰਾਤ ਤੁਸੀਂ ਮੇਰੇ ਘਰ ਵਿੱਚ ਟਿਕਣਾ, ਮੇਰੇ ਘਰ ਵਿੱਚ ਰੁਕਣਾ। ਤੇ ਬਾਬਾ ਜੀ ਕਹਿਣ ਲੱਗੇ ਵੀ ਸੱਜਣਾ ਤੇਰੇ ਘਰ ਦੇ ਵਿੱਚ ਏਸੀ ਕਮਰਾ ਹੈ, ਏਸੀ ਕਮਰਾ? ਉਹ ਕਹਿੰਦਾ ਨਹੀਂ, ਮੈਂ ਤੇ ਗਰੀਬ ਹਾਂ। ਕਹਿੰਦੇ ਵੀ ਸਾਡੇ ਕੋਲ ਨੇ 2-3 ਗੱਡੀਆਂ, ਪਰ ਘੱਟੋ ਘੱਟ ਤੇਰੇ ਘਰ ਦੇ ਵਿੱਚ 2-3 ਗੱਡੀਆਂ ਰੁਕਣ ਵਾਸਤੇ ਥਾਂ ਹੋਣਾ ਚਾਹੀਦਾ, ਜੇ ਨਹੀਂ ਤੇ ਸਾਨੂੰ ਆ ਕੇ ਕਿਸੇ ਨੇ ਹੁਣੇ ਬੇਨਤੀ ਕੀਤੀ ਉਹ ਪ੍ਰਸ਼ਾਦਾ ਤਿਆਰ ਕਰ ਰਿਹਾ, ਜੇ ਤੇਰੇ ਘਰ ਦੇ ਵਿੱਚ ਵਧੀਆ ਏਸੀ ਕਮਰਾ ਨਹੀਂ ਤੇ 2-3 ਗੱਡੀਆਂ ਰੁਕਣ ਦਾ ਥਾਂ ਨਹੀਂ ਤੇ ਅਸੀਂ ਤੇਰੇ ਘਰ ਵਿੱਚ ਨਹੀਂ ਉਸ ਗੁਰਮੁਖ ਪਿਆਰੇ ਦੇ ਘਰ ਵਿੱਚ ਪ੍ਰਸ਼ਾਦਾ ਛਕਾਂਗੇ। ਕਹਿੰਦੇ ਫਿਰ ਉਹ ਸੱਜਣ ਮੇਰੇ ਕੋਲ ਆਇਆ ਤੇ ਉਹਨੇ ਆ ਕੇ ਬੇਨਤੀ ਕੀਤੀ ਵੀ ਇਸ ਤਰ੍ਹਾਂ ਮੈਂ 8-10 ਸਿੰਘਾਂ ਦਾ ਪ੍ਰਸ਼ਾਦਾ ਤਿਆਰ ਕੀਤਾ ਸੀ ਤੇ ਆਏ ਹੋਏ ਮੈਂ ਗੁਰਮੁਖਾਂ ਨੂੰ ਕਿਹਾ ਸੀ, ਉਹਨਾਂ ਨੇ ਪਹਿਲਾਂ ਕਹਿ ਦਿੱਤਾ ਤੇ ਬਾਅਦ 'ਚੋਂ ਆ ਗੱਲ ਆਖੀ ਹੈ ਤੇ ਮੇਰੇ ਮਨ 'ਤੇ ਬੜੀ ਕਹਿੰਦਾ ਸੱਟ ਲੱਗੀ ਹੈ ਵੀ ਬਾਬਾ ਨਾਨਕ ਤੂੰ ਲਾਲੋ ਦਾ ਯਾਰ ਹੈ ਪਰ ਅੱਜ ਲਾਲੋ ਦਾ ਕੋਈ ਬਣ ਕੇ ਤਿਆਰ ਨਹੀਂ, ਅੱਜ ਸਾਰੇ ਮਲਕ ਭਾਗੋਆਂ ਦੇ ਯਾਰ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਏਸੀ ਜਾਂ ਵਧੀਆ ਹਵੇਲੀਆਂ ਗੱਡੀਆਂ ਰੋਕਣ ਵਾਸਤੇ ਥਾਂ ਹੈ, ਅੱਜ ਤੇਰੇ ਪੈਰੋਕਾਰ ਉਹਨਾਂ ਮਲਕ ਭਾਗੋਆਂ ਦੇ ਯਾਰ ਨੇ, ਭਾਈ ਲਾਲੋ ਦੇ ਘਰ ਆ ਕੇ ਕੋਈ ਰਾਜ਼ੀ ਨਹੀਂ। ਕਹਿੰਦੇ ਵੀ ਉਸ ਗੁਰਮੁਖ ਪਿਆਰੇ ਨੇ ਆ ਕੇ ਬੇਨਤੀ ਕੀਤੀ ਵੀ ਜਿਹੜਾ ਪੱਕਿਆ ਹੋਇਆ ਅੰਨ ਅਨਾਜ ਹੈ ਉਹ ਖਰਾਬ ਹੋ ਰਿਹਾ। ਕਹਿੰਦੇ ਫਿਰ ਮੈਂ ਗੁਰਦੁਆਰਾ ਸਾਹਿਬ ਤੋਂ 1-2 ਪਾਠੀ ਸਿੰਘਾਂ ਨੂੰ, ਹੋਰ ਗੁਰਮੁਖਾਂ ਨੂੰ, ਸੇਵਾਦਾਰਾਂ ਨੂੰ ਨਾਲ ਲਿਆ ਤੇ ਜਿਹੜਾ ਤਿਆਰ ਕੀਤਾ ਹੋਇਆ ਉਹਨਾਂ ਦੇ ਘਰ ਪ੍ਰਸ਼ਾਦਾ ਸੀ ਉਹ ਛੱਕ ਕੇ ਆਏ। ਕਹਿੰਦੇ ਕਾਰਨ ਕੀ ਵੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਇਹ ਗੱਲ ਆਖੀ ਵੀ ਭਾਈ ਲਾਲੋ ਮੈਂ ਤੇਰੇ ਵਰਗੇ ਮੁਸਾਫਰਾਂ ਨੂੰ ਹਮ ਸਫ਼ਰ ਬਣਾਉਣ ਆਇਆ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਬੀ ਬਾਣੀ ਦੇ ਅੰਦਰ ਮੁਖਾਤਬ ਕਰਕੇ
ਭਾਈ ਲਾਲੋ ਦਾ ਨਾਂ ਵਰਤ ਕੇ ਇਹ ਗੱਲ ਆਖੀ ਵੀ ਜਿਵੇਂ ਉਹ ਮਾਲਕ ਬੁਲਾਉਂਦਾ ਹੈ ਭਾਈ ਲਾਲੋ ਮੈਂ ਉਵੇਂ ਬੋਲਦਾ। ਤੇ ਸਤਿਗੁਰੂ ਨੇ ਆਖਿਆ ਵੀ ਨੀਚਾਂ ਅੰਦਰ ਨੀਚ ਜ਼ਾਤ, ਨੀਚੀ ਹੋਂ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓਂ ਕਿਆ ਰੀਸ। ਇਸ ਕਰਕੇ ਗੁਰਬਾਣੀ ਦੇ ਵਿੱਚ ਜਦੋਂ ਸਤਿਗੁਰੂ ਨੇ ਗੱਲ ਕੀਤੀ ਨਾ ਨੀਵੀਆਂ ਜ਼ਾਤਾਂ ਦੀ, ਸਤਿਗੁਰੂ ਕਹਿੰਦੇ ਬਾਹਰੀ ਤੌਰ 'ਤੇ ਨੀਵੀਆਂ ਜ਼ਾਤਾਂ ਨਹੀਂ, ਨੀਚਤਾ ਨੀਵੀਆਂ ਜਾਤਾਂ ਬੰਦੇ ਦੇ ਅੰਦਰ ਨੇ। ਈਰਖਾ ਕੀ ਹੈ, ਨਿਰਦੈਤਾ ਕੀ ਹੈ, ਕ੍ਰੋਧ ਕੀ ਹੈ, ਇਹ ਸਾਰੀਆਂ ਨੀਵੀਆਂ ਜਾਤਾਂ ਨੇ। ਨੀਵੀਆਂ ਜਾਤਾਂ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਹੈ ਵੀ ਕਬੁੱਧ ਡੂਮਣੀ, ਕਦਇਆ ਕਸਾਇਨ, ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ, ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇ ਹੀ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਵੀ ਨੀਚਤਾ ਨੀਵੀਆਂ ਜਾਤਾਂ, ਪਰਾਈ ਨਿੰਦਿਆ, ਕ੍ਰੋਧ, ਨਿਰਦੈਤਾ, ਈਰਖਾ, ਇਹ ਹਮੇਸ਼ਾ ਹੀ ਬੰਦੇ ਦੇ ਅੰਦਰ ਨੇ। ਪਰ ਲੋੜ ਹੈ ਇਹਨਾਂ ਨੀਵੀਆਂ ਜਾਤਾਂ ਨੂੰ, ਪਰਾਈ ਨਿੰਦਿਆ ਨੂੰ, ਨਿਰਦੈਤਾ ਨੂੰ, ਈਰਖਾ ਨੂੰ, ਚੁਗਲੀ ਨੂੰ ਅੰਦਰੋਂ ਕੱਢਣ ਦੀ। ਸਤਿਗੁਰੂ ਕਹਿੰਦੇ ਜਿੱਥੇ ਨੀਚ ਸੰਭਾਲੀਅਣ ਤਿੱਥੇ ਨਦਰ ਤੇਰੀ ਬਖਸ਼ਿਸ਼। ਸਤਿਗੁਰੂ ਨੇ ਉਹਨਾਂ ਲੋਕਾਂ ਨੂੰ ਗਲ ਦੇ ਨਾਲ ਲਾਇਆ ਜਿਹੜੇ ਸਦੀਆਂ ਤੋਂ ਗੁਲਾਮ ਸਨ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਬਖਸ਼ਿਸ਼ ਇਹ ਕੀਤੀ ਵੀ ਇਨ ਕੀ ਜ਼ਾਤ ਪਾਤ ਕੁੱਲ ਮਾਹੀ, ਸਿਰਦਾਰੀ ਨਾ ਭਈ ਕਦਾਹੀ, ਇਨ ਹੀ ਕਹੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਸਤਿਗੁਰੂ ਕਹਿੰਦੇ ਇਹਨਾਂ ਦੀ ਜਾਤ ਪਾਤ ਕੁੱਲ ਦੇ ਵਿੱਚ ਕਦੀ ਵੀ ਸਰਦਾਰੀ ਨਹੀਂ ਸੀ ਆਈ, ਕਦੀ ਇਹਨਾਂ ਨੇ ਸੋਚਿਆ ਨਹੀਂ ਸੀ, ਜਿਹੜੇ ਸਦੀਆਂ ਤੋਂ ਗੁਲਾਮ ਸਨ, ਨੀਵੇਂ ਸਨ, ਨੀਚ ਸਨ, ਪਰ ਇਹਨਾਂ ਨੀਵਿਆਂ ਅਤੇ ਨੀਚਾਂ ਨੂੰ ਮੈਂ ਸਰਦਾਰ ਬਣਾਉਣਾ ਚਾਹੁੰਦਾ, ਸਰਦਾਰ, ਅਤੇ ਇਹਨਾਂ ਨੂੰ ਸਤਿਗੁਰੂ ਕਹਿੰਦੇ ਮੈਂ ਸਰਦਾਰੀ ਦੇਣੀ ਚਾਹੁੰਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਘਰ ਦੇ ਵਿੱਚ ਕਿਤੇ ਵੀ ਸਿੱਖ ਦੇ ਨਾਲ ਵਿਤਕਰਾ ਨਹੀਂ ਕੀਤਾ। ਉਹ ਭਾਵੇਂ ਔਰਤ ਹੈ, ਭਾਵੇਂ ਮਰਦ ਹੈ, ਭਾਵੇਂ ਭੈਣ ਹੈ, ਭਾਵੇਂ ਭਰਾ ਹੈ, ਕਿਉਂਕਿ ਸਤਿਗੁਰੂ ਨੇ ਇਹ ਕਿਰਪਾ ਕਰਕੇ ਬੋਲ ਆਖੇ ਨੇ ਵੀ ਖਾਲਸਾ ਮੇਰੋ ਰੂਪ ਹੈ ਖਾਸ। ਨਾ ਸਤਿਗੁਰੂ ਨੇ ਕਿਸੇ ਨੂੰ ਉੱਚੀ ਉਪਾਧੀ ਦਿੱਤੀ ਹੈ, ਨਾ ਕੋਈ ਨੀਵੀਂ ਉਪਾਧੀ ਦਿੱਤੀ ਹੈ, ਨਾ ਕਿਸੇ ਨੂੰ ਬਹੁਤਾ ਮਹਾਤਮ ਦਿੱਤਾ। ਸਤਿਗੁਰੂ ਨੇ ਸਾਰਿਆਂ ਨੂੰ ਇੱਕ ਬਰਾਬਰ ਰੱਖਿਆ ਹੈ ਵੀ ਇੱਥੇ ਬਣਨਾ ਕੇਵਲ ਅਤੇ ਕੇਵਲ ਸੱਚਾ ਅਤੇ ਸੁੱਚਾ ਸਿੱਖ ਬਣਨਾ। ਸਤਿਗੁਰੂ ਨੇ ਭਾਵਨਾ ਦੇਖਣੀ ਹੈ, ਜ਼ਾਤਾਂ ਪਾਤਾਂ ਨਹੀਂ। ਇਸ ਕਰਕੇ ਸਤਿਗੁਰੂ ਨੇ ਆਖਿਆ ਵੀ ਖਾਲਸਾ ਮੇਰੋ ਰੂਪ ਹੈ ਖਾਸ, ਜਿਹੜਾ ਖਾਲਸਾ ਇਹ ਮੇਰਾ ਖਾਸ ਰੂਪ ਹੈ, ਅਤੇ ਖਾਲਸੇ ਮੈਂ ਹਾਂ ਕਰੋ ਨਿਵਾਸ, ਮੇਰਾ ਵਾਸਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਖਿਆ ਵੀ ਖਾਲਸੇ ਵਿੱਚ ਹੈ, ਭਾਵੇਂ ਆਪਣੇ ਨਾਵਾਂ ਦੇ ਨਾਲ ਲੱਖਾਂ ਕੋਈ ਤਖੱਲਸ ਲਾ ਲਾ ਕੇ ਐਵੇਂ ਕੋਈ ਪੁੱਗਿਆ ਬ੍ਰਹਮ ਗਿਆਨੀ ਬਣੀ ਜਾਵੇ, ਭਾਵੇਂ ਕੋਈ 1008 ਬਣੀ ਜਾਵੇ, ਭਾਵੇਂ ਕੋਈ 108 ਲਾਈ ਜਾਵੇ, ਪਰ ਸਤਿਗੁਰੂ ਨੇ ਆਖਿਆ ਵੀ ਖਾਲਸਾ ਮੇਰੋ ਰੂਪ ਹੈ ਖਾਸ। ਬਣਨਾ ਕੀ ਹੈ ਖਾਲਸੇ, ਬਣਨਾ ਕੀ ਹੈ ਸਿੱਖ। ਇਸ ਕਰਕੇ ਸਿੱਖ ਦੀ ਡੈਫੀਨੇਸ਼ਨ, ਸਿੱਖ ਦੀ ਪਰਿਭਾਸ਼ਾ ਸਤਿਗੁਰੂ ਨੇ ਜਦੋਂ ਗੁਰਬਾਣੀ ਦੇ ਵਿੱਚ ਦਿੱਤੀ ਹੈ, ਤੇ ਸਮੁੱਚੀ ਮਨੁੱਖਤਾ ਨੂੰ, ਸਾਰੇ ਸਿੱਖਾਂ ਨੂੰ ਸਤਿਗੁਰੂ ਦਾ ਇੱਕੋ ਉਪਦੇਸ਼ ਹੈ ਜਿਹੜਾ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਦੀਆਂ ਤੋਂ ਦੱਬੇ ਕੁਚਲੇ ਲੋਕਾਂ ਨੂੰ ਗਲ ਨਾਲ ਲਾਇਆ। ਅਹਿਮਣਾਬਾਦ ਦੀ ਧਰਤੀ 'ਤੇ ਭਾਵੇਂ ਭਾਈ ਲਾਲੋ ਆਪਣੀ ਹੱਕ ਅਤੇ ਸੱਚ ਦਸਾਂ ਨੌਹਾਂ ਦੀ ਕਿਰਤ ਕਮਾਈ ਨੂੰ ਮੁੱਖ ਰੱਖ ਕੇ ਸਤਿਗੁਰੂ ਦੇ ਵਾਸਤੇ ਭਾਵੇਂ ਉਹ ਬਾਜਰੇ ਦੀ ਰੋਟੀ,
ਭਾਵੇਂ ਕੋਧਰੇ ਦੀ ਰੋਟੀ ਤਿਆਰ ਕਰਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੱਕ ਅਤੇ ਸੱਚ ਦੀ ਕਮਾਈ ਦੇਖਦੇ ਨੇ। ਇਹ ਨਹੀਂ ਵੀ ਇਹ ਵਧੀਆ ਜਿਹੜਾ ਲੰਗਰ ਤਿਆਰ ਹੋਇਆ ਸਾਡੇ ਵਾਂਗੂ ਵੀ ਅਸੀਂ ਅਰਦਾਸ ਕਰ ਦਈਏ ਵੀ ਫਲਾਣਾ ਸਿੰਘ ਦੇ ਵੱਲੋਂ ਅੱਜ ਲੰਗਰ ਤਿਆਰ ਹੈ, ਪਰ ਇਹ ਲੰਗਰ ਤਿਆਰ ਕਿਵੇਂ ਹੋਇਆ, ਇਹਦੀ ਕਮਾਈ ਕਿੱਥੋਂ ਹੋਈ ਹੈ, ਬੈਕਗਰਾਉਂਡ ਕੀ ਹੈ, ਕਿਤੇ ਗਰੀਬਾਂ ਦਾ ਖੂਨ ਅਤੇ ਪਸੀਨਾ ਨਿਚੋੜ ਨਿਚੋੜ ਕੇ ਦੋ ਨੰਬਰ ਦੀ ਕਮਾਈ ਦੇ ਨਾਲ ਇਹ ਗੁਰੂ ਘਰ ਦਾ ਲੰਗਰ ਤਾਂ ਤਿਆਰ ਨਹੀਂ ਹੋ ਰਿਹਾ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ, ਕੇਵਲ ਪਕਵਾਨ ਨਹੀਂ ਦੇਖੇ, ਦੇਖਿਆ ਇਹ ਹੈ ਵੀ ਇਹ ਪਕਵਾਨ ਤਿਆਰ ਕਿਵੇਂ ਹੋਇਆ, ਇਹ ਪ੍ਰਸ਼ਾਦਾ, ਇਹ ਲੰਗਰ, ਇਹ ਭੋਜਨ ਬਣਿਆ ਕਿਵੇਂ ਹੈ, ਕਮਾਈ ਕੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਦੀ ਕਮਾਈ ਦੇਖੀ ਹੈ ਅਤੇ ਮਲਕ ਭਾਗੋ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੁਲਾਉਂਦਾ, ਸਤਿਗੁਰੂ ਮੈਂ ਬ੍ਰਹਮ ਭੋਜ ਕੀਤਾ, ਮੈਂ ਆਪਣੇ ਮਰ ਚੁੱਕੇ ਪਿੱਤਰਾਂ ਦੇ ਨਿਮਿੱਤ ਸਤਿਗੁਰੂ ਸਰਾਧ ਕਰ ਰਿਹਾ ਅਤੇ ਤੁਸੀਂ ਮੇਰੇ ਘਰ ਵਿੱਚ ਆ ਕੇ ਪ੍ਰਸ਼ਾਦਾ ਭੋਜਨ ਛਕੋ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਪੜਦਾ ਚੁੱਕਿਆ ਅਤੇ ਅਸਲੀਅਤ ਸਾਹਮਣੇ ਆਈ ਹੈ ਵੀ ਮਲਕ ਭਾਗੋ ਤੇਰੇ ਤਿਆਰ ਕੀਤੇ ਹੋਏ ਜਿਹੜੇ ਪਕਵਾਨ ਨੇ ਇਹ ਲੋਕਾਂ ਦੇ ਖੂਨ ਅਤੇ ਪਸੀਨੇ ਦੀ ਕਮਾਈ ਨੂੰ ਨਿਚੋੜ ਨਿਚੋੜ ਕੇ ਤਿਆਰ ਕੀਤੇ ਹੋਏ ਨੇ, ਇਹ ਬ੍ਰਹਮ ਭੋਜ ਨਹੀਂ, ਇਹ ਪ੍ਰਸ਼ਾਦਾ, ਇਹ ਸਰਾਧ ਨਹੀਂ, ਇਹ ਖੂਨ ਹੈ, ਖੂਨ। ਇਹ ਸਾਖੀ ਅਸੀਂ ਬੜੀ ਸੁਣੀ ਹੈ, ਬੜੀ ਪ੍ਰਚਾਰੀ ਗਈ, ਫੋਟੋ ਵੀ ਤੁਸੀਂ ਬਹੁਤੀਆਂ ਥਾਵਾਂ 'ਤੇ ਘਰਾਂ ਦੇ ਵਿੱਚ ਕਿਤੇ ਕੰਧਾਂ 'ਤੇ ਲੱਗੀ ਹੋਈ ਜ਼ਰੂਰ ਦੇਖੀ ਹੋਣੀ ਹੈ। ਇੱਕ ਪਾਸੇ ਬਣਾਉਣ ਵਾਲੇ ਨੇ ਗਜ਼ਬ ਕਰ ਦਿੱਤਾ, ਫੋਟੋ ਇਸ ਤਰੀਕੇ ਦੇ ਨਾਲ ਬਣਾਈ ਕਿ ਇੱਕ ਪਾਸੇ ਭਾਈ ਮਰਦਾਨਾ ਬਿਠਾਇਆ ਅਤੇ ਦੂਜੇ ਪਾਸੇ ਭਾਈ ਬਾਲਾ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦੋ ਰੋਟੀਆਂ ਆਪਣੇ ਹੱਥ ਵਿੱਚ ਫੜੀਆਂ ਨੇ, ਇੱਕ ਸੱਜੇ ਹੱਥ 'ਚ, ਇੱਕ ਖੱਬੇ ਹੱਥ 'ਚ। ਇੱਕ ਪਾਸੇ ਮਲਕ ਭਾਗੋ ਦਿਖਾਇਆ ਗਿਆ ਅਤੇ ਇੱਕ ਪਾਸੇ ਭਾਈ ਲਾਲੋ। ਅਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਦੋਂ ਅਸੀਂ ਫੋਟੋ ਨੂੰ ਦੇਖਦੇ ਹਾਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਦੋਵਾਂ ਰੋਟੀਆਂ ਨੂੰ ਵਲੇਟ ਕੇ ਇਕੱਠੀਆਂ ਕਰਕੇ ਆਪਣੇ ਸੱਜੇ ਅਤੇ ਖੱਬੇ ਹੱਥ 'ਚ ਫੜਿਆ ਅਤੇ ਇੱਕ ਰੋਟੀ ਦੇ ਵਿੱਚੋਂ ਨਿਕਲਦਾ ਪਿਆ ਖੂਨ ਅਤੇ ਦੂਜੀ ਰੋਟੀ 'ਚੋਂ ਨਿਕਲਦਾ ਦੁੱਧ। ਇਹ ਫੋਟੋ ਅਸੀਂ ਸਾਰਿਆਂ ਨੇ ਦੇਖੀ ਹੈ, ਇੱਕ ਪਾਸੇ ਖੱਬੇ ਪਾਸੇ ਬੈਠਾ ਹੋਇਆ ਮਲਕ ਭਾਗੋ ਅਤੇ ਸੱਜੇ ਪਾਸੇ ਭਾਈ ਲਾਲੋ। ਪਰ ਇਹ ਜਿਹੜੀ ਸਾਖੀ ਪ੍ਰਚਾਰੀ ਗਈ, ਸੁਣਾਈ ਗਈ ਔਰ ਸੁਣੀ ਵੀ ਅਸੀਂ ਬਹੁਤ ਹੈ, ਪਰ ਅਸੀਂ ਇਹ ਸਾਖੀ ਇੱਥੇ ਆ ਕੇ ਸਮਾਪਤ ਕਰ ਦਿੱਤੀ ਵੀ ਸਾਧ ਸੰਗਤ ਜੀ, ਭਾਈ ਲਾਲੋ ਦੀ ਜਿਹੜੀ ਕਮਾਈ ਸੀ ਉਹ ਹੱਕ ਸੱਚ ਦੀ ਸੀ, ਉਹਦੀ ਰੋਟੀ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੁੱਧ ਕੱਢ ਦਿੱਤਾ ਅਤੇ ਮਲਕ ਭਾਗੋ ਦੀ ਕਮਾਈ ਦੋ ਨੰਬਰ ਦੀ ਸੀ, ਲੋਕਾਂ ਦਾ ਖੂਨ ਪਸੀਨਾ ਨਿਚੋੜ ਕੇ ਉਹ ਬ੍ਰਹਮ ਭੋਜ ਕਰਦਾ ਸੀ ਅਤੇ ਉਹਦੀ ਰੋਟੀ ਦੇ ਵਿੱਚੋਂ ਖੂਨ ਨਿਕਲਿਆ ਖੂਨ। ਇਹ ਅਸੀਂ ਤੁਸੀਂ ਸਾਰਿਆਂ ਨੇ ਸਾਖੀ ਸੁਣੀ ਹੈ, ਪਰ ਇੱਥੇ ਆ ਕੇ ਅਸੀਂ ਜਿਹੜੀ ਸਾਖੀ ਉਹ ਸਮਾਪਤ ਕਰ ਦਿੱਤੀ। ਦਰਅਸਲ ਇਹ ਸਾਖੀ ਇੱਥੇ ਸਮਾਪਤ ਨਹੀਂ ਹੋਈ, ਇੱਥੋਂ ਸ਼ੁਰੂਆਤ ਹੋਈ ਹੈ, ਸਾਖੀ ਦੀ ਆਰੰਭਤਾ ਇੱਥੋਂ ਹੋਈ ਹੈ, ਆਰੰਭਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਰੰਭਤਾ ਸਾਖੀ ਦੀ ਇੱਥੋਂ ਕੀਤੀ ਹੈ, ਹੱਕ ਸੱਚ ਦੀ ਅਤੇ ਹਰਾਮ ਦੀ ਕਮਾਈ ਦੀ ਗੱਲ ਕੀਤੀ ਹੈ। ਸਤਿਗੁਰੂ ਜਦੋਂ ਅਸਲੀਅਤ ਲੋਕਾਂ ਦੇ ਸਾਹਮਣੇ ਰੱਖਦੇ ਨੇ ਵੀ ਭਾਈ ਲਾਲੋ ਹੈ ਕਿਰਤੀ, ਇਹ ਕਰਦਾ 18-18 ਘੰਟੇ ਕੰਮ, ਇਹ ਗਰੀਬ ਹੈ, ਅਮੀਰ ਲੋਕ ਇਹਦਾ ਹੱਕ ਨਹੀਂ ਦੇ ਰਹੇ ਇਹਨੂੰ ਬਣਦਾ, ਪਰ ਮਲਕ ਭਾਗੋ ਖੂਨ ਅਤੇ ਪਸੀਨਾ ਨਿਚੋੜ ਕੇ ਲੋਕਾਂ 'ਤੇ ਅਤਿਆਚਾਰ ਕਰਦਾ, ਉਹ ਬ੍ਰਹਮ ਭੋਜ ਵੀ ਕਰਵਾ ਰਿਹਾ ਅਤੇ ਲੋਕ ਆਖਦੇ ਨੇ ਧਰਮੀ, ਉਹ ਲੋਕਾਂ ਦਾ ਹੱਕ ਮਾਰ ਰਿਹਾ। ਦਰਅਸਲ ਸਾਖੀ ਦੀ ਆਰੰਭਤਾ ਇੱਥੋਂ ਸ਼ੁਰੂ ਹੋਈ, ਸਤਿਗੁਰੂ ਨੇ ਜਿਹੜੀ ਹੱਕ ਲੈਣ ਦੀ ਜਾਂਚ ਭਾਈ ਲਾਲੋ ਨੂੰ ਦੱਸੀ ਅਤੇ ਹੱਕ ਲੈਣ ਦੀ ਆਰੰਭਤਾ ਭਾਈ ਲਾਲੋ ਦੇ ਘਰੋਂ ਸ਼ੁਰੂ ਹੋਈ ਸੀ। ਸਤਿਗੁਰੂ ਨੇ ਆਖਿਆ ਭਾਈ ਲਾਲੋ
तू गरीब है। तो भाई लालो का जवाब यह है कि सतगुरु मेरे एक कर्मां दी, मेरे भागां दी, मेरी किस्मत दी निशानी है। गुरु नानक साहब कहिंदे भी मलक भागो बड़ा अमीर है। वह जवाब देंदा है भी सतगुरु ओदे भाग ओदे कर्म ओदी किस्मत ओदे नाल। सतगुरु कहिंदे तू की करदा है? कहिंदा जी मैं लकड़ दा काम करदा, मैं तरखान। किन्ना चिर? कहिंदा जी 18 घंटे। ते मलक भागो जवाब देंदा भाई लालो भी सतगुरु वह वेला रहिंदा, कुछ नहीं करदा। गुरु नानक साहब महाराज कहिंदे फिर वह अमीर बड़ा ते तू गरीब बहुत है। भाई लालो कहिंदा सतगुरु तुहानू दस्या भी मेरे भाग मेरी किस्मत मेरे नाल, ओदे भाग ओदी किस्मत ओदे नाल, ए मेरी किस्मत दी निशानी है, कर्मां दी निशानी। सतगुरु कहिंदे कर्मां जा किस्मत दी निशानी नहीं। भाई लालो तू दलेर बन, हौसला रख, धीरज धार। तू करदा अमीरां दे घरां विच काम ते अमीर लोग तेरा हक मारदे ने, ते तैनू बनदा हक नहीं दिता जांदा। इस करके तू दिनो दिन गरीब हो रहा, ते अमीर बंदा दिनो दिन हक मार के अमीर हुंदा जा रहा है। हक लैण दी आरंभता सतगुरु ने भाई लालो दे घरों शुरू कीती, ते हक लैण दी जाच गुरु नानक साहिब महाराज ने सिखाई। ते इन्हां हक्कां दी प्राप्ति दे वास्ते जदों सतगुरु आवाज बुलंद करदे ने, ते गुरु नानक साहिब महाराज नूं भाई लालो दे घर विचों कैद करके बाबर कैद खाने विच रखदा, चक्की पीणी पैंदी है। ये हक्कां दी प्राप्ति दी लड़ाई भाई लालो दे घरों शुरू होई सी। ते हक्कां दी प्राप्ति वास्ते गुरु अर्जन साहिब महाराज नूं 33 तवी ते बैठना पिया है। उबलदी देग च उबाले खाने पए ने, सीस च गर्म रेत पवानी पई है। हक्कां दी आवाज बुलंद करन वास्ते गुरु हरगोबिंद साहिब महाराज ने 4 जंगां लड़ियां ने। हक लैण वास्ते गुरु तेग बहादुर साहिब महाराज ने अपने सीस दा बलिदान चांदनी चौंक च दिता है। हक्कां दी आवाज बुलंद करदिआं होइआं आनंदपुर साहिब दे किले नूं घेरा पिया रहा। अपने हक लैण वास्ते सतगुरु ने अपना सरबंस कुरबान कीता है। हक्कां दी प्राप्ति दा नतीजा निकलिआ बाबा बंदा सिंह बहादुर दा राज। हक्कां दी प्राप्ति वास्ते ही बाबा बंदा सिंह बहादुर ते उहदे साहिबजादे नूं शहीद कीता गया है। ਇਹ ਹੱਕਾਂ ਦੀ ਪ੍ਰਾਪਤੀ ਦਾ ਨਤੀਜਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਨਿਕਲਿਆ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਦਾ ਸਿੱਕਾ ਚਲਾਇਆ। ਫਿਰ ਇਸ ਪੰਜਾਬ ਦੀ ਧਰਤੀ 'ਤੇ ਖਾਲਸੇ ਦਾ ਰਾਜ ਆਇਆ। 1800 ਈਸਵੀ ਦੇ ਆਰੰਭ ਤੋਂ ਲੈ ਕੇ 1849 ਤੱਕ ਲਗਭਗ ਖਾਲਸੇ ਦਾ ਰਾਜ ਇਸ ਪੰਜਾਬ ਦੀ ਧਰਤੀ 'ਤੇ ਰਿਹਾ ਹੈ। ਇਹ ਨਤੀਜਾ ਨਿਕਲਿਆ ਜਿਹੜੀ ਹੱਕਾਂ ਦੀ ਆਵਾਜ਼ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਰੰਭ ਕੀਤੀ, ਅਤੇ ਉਹ ਕਿਸੇ ਅਮੀਰ ਦੇ ਘਰ ਜਾਂ ਰਾਜੇ ਮਹਾਰਾਜੇ ਦੇ ਘਰੋਂ ਨਹੀਂ, ਉਹ ਸਤਿਗੁਰੂ ਨੇ ਹੱਕਾਂ ਦੀ ਪ੍ਰਾਪਤੀ ਦੀ ਆਵਾਜ਼ ਭਾਈ ਲਾਲੋ ਦੇ ਘਰੋਂ ਆਰੰਭ ਕੀਤੀ। ਭਾਈ ਲਾਲੋ ਦੇ ਅਤੇ ਸਤਿਗੁਰੂ ਨੇ ਕੇਵਲ ਭਾਵਨਾ ਦੇਖੀ ਹੈ, ਭਾਵਨਾ। ਅਤੇ ਭਾਈ ਗੁਰਦਾਸ ਦਾ ਇੱਕ ਕਵਿਤ ਸ਼ੁਰੂ ਹੁੰਦਾ ਹੈ ਜਿਹਦੀ ਪਹਿਲੀ ਪੰਕਤੀ ਲਗਭਗ ਹਰ ਇੱਕ ਗੁਰੂ ਕੇ ਸਿੱਖ ਨੂੰ ਯਾਦ ਹੈ, ਪਰ ਅਗਲੀਆਂ ਦੋਵਾਂ ਤਿੰਨਾਂ ਪੰਕਤੀਆਂ ਦੇ ਵਿੱਚ ਭਾਈ ਗੁਰਦਾਸ ਨੇ ਗੱਲ ਕੀਤੀ ਹੈ। ਪਹਿਲੀ ਪੰਕਤੀ ਇਹ ਹੈ ਵੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਪੰਕਤੀ ਬੜੀ ਸੌਖੀ ਹੈ, ਅਰਥ ਵੀ ਸਪਸ਼ਟ ਨੇ ਵੀ ਜੇ ਗੁਰੂ ਕਾ ਸਿੱਖ ਇੱਕ ਕਦਮ ਆਪਣੇ ਘਰੋਂ ਗੁਰੂ ਘਰ ਵੱਲ ਨੂੰ ਚੱਲਦਾ, ਗੁਰੂ ਵੱਲ ਚੱਲਦਾ, ਤੇ ਗੁਰੂ ਕਰੋੜਾਂ ਕਦਮ ਅੱਗੋਂ ਹੋ ਕੇ ਉਹਨੂੰ ਲੈਣ ਆਉਂਦਾ। ਬੜੀ ਪੰਕਤੀ ਗਾਈ ਜਾਂਦੀ ਹੈ, ਪੜ੍ਹੀ ਵਿਚਾਰ ਬੜੀ ਹੁੰਦੀ ਹੈ, ਇਹਦੀ ਸੁਣੀ ਵੀ ਹੈ, ਜ਼ੁਬਾਨੀ ਯਾਦ ਵੀ ਹੈ, ਪਰ ਮਨ 'ਚ ਵਿਚਾਰ ਆਈ ਵੀ ਮਨਾ
कदी तेनू गुरु गोबिंद सिंह साहिब गुरु नानक साहब महाराज कदी अगों होके लैण आए पर अज तक नहीं। कारण की है? शरीर चल के आ रहा है पर मन गैर हाजिर है, भावना नहीं, वो अजे श्रद्धा ही नहीं बनी, वो प्यार ही नहीं गुरु नाल। इस करके शरीर चल के आ रहा है इकला पर मन नहीं आ रहा। जदों मन चल के आएगा तो उदों गुरु भी करोड़ा कदम अगों के लैन आएगा। जिन्ना चिर भावना ही नहीं बनी, भावना चंगी नहीं दुर्योधन की, जिन्हों का राज है तो वो घर में रुकना कृष्ण ने पसंद नहीं किया। पर वो गया बिदर दे घर जी की भावना सी। कबीर साहब कहिंदे जिहड़ा मेरा रब है मालक है वह भावना देखदा पहला, भावना वो अमीरी नहीं वेंदा, उच्चियां जातां नहीं वेंदा। इस करके जी दी भावना चंगी है। भाई गुरदास कहिंदे चरण शरण गुर एक पेंडा जाए चल, सतगुर कोट पेंडा आगे होए लेत। जे गुरु का सिख एक कदम अपने घरों चले ते गुरु करोड़ा कदम अगों होके लैण आउंदा है। पर भाई गुरदास कहिंदे सिखा तेरा तुरना किते कोलू दे बलद वाला ना होवे, कोलू दे बलद वाला किते तेरी मेहनत अखां तो हीणे अन्ने मनुख दे रस्सी वटन वाली वर्गी ना होवे, किते तेरी मेहनत उस मिर्ग ते हिरन वर्गी ना होवे। मेहनत करदा पर मेहनत बड़ी है, चलिया एक कोलू दा बलद भी बहुत है पर जिथों तुरदा उथे। भाई गुरदास दा एक बित है कहिंदे जैसे बैल तेली को जानत कई कोस, चलियो नैन उग्र तवाही ठाओ ही ठिकानो है। जैसे जेबरी बाटत आंदरो अचिंत, चिंत खात जात बशरो टटेरो पछतानो है। जैसे मृग तृष्णा लो तावे मृग त्रिखावंत, आवत न शांत भ्रम भ्रमत हिरानो है। तैसे स्वपनंतर दिसंतर बहाए गई, पहुंच न सक्यो तहां जहां मोहे जानो है। भाई गुरदास कहिंदे भी साडा तुरना कई वारी कोलू दे बलद वाला हो जांदा है। कहिंदे एक दिन सूरज चढ़िया, सूरज दियां किरणां धरती ते पईयां ते तेली ने अपने घर विचों बलद नूं तोरिया ते कोलू ते लै गया। जदों कोलू ते जा के बलद नूं जोड़न लगा ते उन्हें सब तो पहला बलद दियां अखां दे उपर एक पट्टी बन दित्ती, खोपे चाढ़ दित्ते कि इस बलद नूं आले दुआले आसे पासे दिसे ना। बलद दियां अखां दे उपर पट्टी बन दित्ती, सवेर तो लैके शाम तक जिहड़ा वह बलद सी कोलू दे आले दुआले फिरदा रहा, घूमदा रहा, सवेर तो दुपहरां तक, दुपहरां तो शामां तक, रात पै गई। पर बलद मन च सोचदा भी मेरा मालक तेली अज पता नहीं मैनू कित्थों अपने घर तो लैके किन्नी दूर लै गया होना, अज मैं सारी दिहाड़ी तुरदा रहा, पता नहीं मैं किन्ना क पेंडा तय कर दिता है, अज पता नहीं मैं अपने घर तो चल के कित्थे पहुँच गया होवांगा। बलद अपने मन च भाई गुरदास कहिंदे विचार करदा पर जोया सी कोलू दे उपर। अखीर नूं जदों शामां पै गईयां, रात पैण लगी ते उस तेली ने अपनियां बलद दियां अखां तो जदों पट्टी खोली ते बलद मन विच पछताया बड़ा, मना जिथों मैनूं सवेरे तोरिया सी उत्थे ही खलोता, पर मैं सारा दिन तुरदा रहा, मेहनत करदा रहा। भाई गुरदास कहिंदे सिखा किते तेरा तुरना कोलू दे बलद वाला ना होवे, जिथों बाबे नानक ने तैनू तोरिया सी किते तेरा भी आत्मिक तौर ते जीवन उत्थे ना खलोता होवे। कहिंदे जैसे बैल तेली को जानत कई कोस, चलियो नैन उग्र तवाही ठाओ ही ठिकानो है। जिमें तेली का बलद जानदा भी मैं पता नहीं किन्ना क तुर लिया, अज कित्थे पहुँच गया होवांगा, पर जदों अखां उगड़दियां ने तो उत्थे ही खलोता हुंदा।
फिर भाई गुरदास जी आखते ने कहते जैसे जेबरी बाटत आंदरो अचिंत चिंत खात जात बशरो टटेरो पछतानो है। कहिंदे एक अखा तो अन्ना मनुख रस्सी वटन लग गया, रस्सी वटदा रहा पर उहदे पिछले पासे बज्जा होया एक गां दा बच्छा। वह जिन्नी किसान की रस्सी अपने हत्थां दे नाल वटी जांदा है नाल दी नाल उस रस्सी नूं जिहड़ा बच्छा है वह खा रहा है, पर सारा दिन वह रस्सी वटदा रहा पर जदों उस अखां तो हीणे बंदे ने अपना काम समाप्त किया हाथ दे नाल टो के देखदा है भी अज मैं बड़ी लम्मी रस्सी वट ली होनी है, पर अखीर उहदे हाथ विच आउंदा एक गिठ टोटा। मन च पछताउंदा बड़ा मना मेहनत बड़ी कीती सारी दिहाड़ी पर दिसदा नहीं सी पर सारी रस्सी है जिहड़ी वह वच्छा खा गया। मेहनत बड़ी है पर पल्ले कुछ नहीं पिया, मेहनत बड़ी है बलद दी तुरिया बहुत है पर उत्थे ही। भाई गुरदास कहिंदे किते साडी मेहनत अखां तो हीणे रस्सी वटण वाले वर्गी ना होवे। फिर उन्होंने तीजी उदाहरण दित्ती कहिंदे भी जिवें मारू थल दे तपदे रेते नूं मृग भुलेखा खा जांदा है देख के भी शायद पानी है। जदों असीं किते गर्मी दे मौसम दे विच सड़क ते जाइए ते कई वारी दूर सामने सड़क ते इस तरह प्रतीत हुंदा है भी शायद पानी है, होर अगां जाइए वह खत्म हो जांदा है, फिर अगां फिर होर इस तरह जापदा है भी शायद फिर पानी है सड़क ते। उहनूं कहिंदे मृग तृष्णा। जदों मारू थल दा रेता तपदा तो उस मारू थल दे रेते दे विच पानी नहीं, मृग दूरों उस भख दे रेते नूं देख के दौड़दा प्यास बुझाउण वास्ते भजदा सारा दिन पर पानी नहीं मिलदा। अखीर तड़फ तड़फ के भाई गुरदास कहिंदे ओ अपने प्राण दे देंदा। जैसे मृग त्रिश ना लो तावै मृग त्रिखावंत आवत न शांत भ्रम भ्रमत हिरानो है। कहिंदे ओ भटकदा फिरदा पानी दी तलाश विच पर प्यास नहीं बुझदी। दौड़िया बहुत एक हिरन तुरिया बहुत सारा दिन पर पल्ले कुछ नहीं पिया। मेहनत बड़ी सी रस्सी वटण वाले दी पर हाथ कुछ नहीं लगा। तुरिया बहुत एक कोलू दा बलद पर जिथों तुरिया सी उत्थे। इस करके भाई गुरदास कहिंदे ये हालत है मनुख दी, जिथों तुरदा ये उत्थे ही है। शरीरक तौर पर तुर रहा पर अंदर नहीं तुर रहा, अंदर उत्थे है। कई बारी शरीर गुरु दरबार दे विच होवे ते मन गैर हाजर है। इस करके जिस दिन अंदर गुरु दरबार दे विच चल के आवेगा उस दिन तैनू सतगुरु भाई गुरदास कहिंदे अगों होके लैण आउणगे। यही हाल मनुख दा है भी तैसे स्वपनंतर दिसंतर बहाए गई, तैसे स्वपनंतर सुपने लैंदिआं दिसंतर दसां दिशावां दे विच, तैसे स्वपनंतर दिसंतर बहाए गई पहुँच ना सक्यो तहां जहां मोहे जानो है। जिथे इंसान ने पहुँचना सी भाई गुरदास कहिंदे उत्थे पहुँच नहीं सकिआ। इस करके मेहनत बड़ी है सारी जिंदगी जीवन दी पर जिथों तुरदा अखीर उत्थे। कहिंदे चरण शरण गुर एक पैंडा जाए चल सतगुर कोट पैंडा आगे होए लेत है। पहली पंक्ति बड़ी सौखी है भी गुरु दे घर वल नूं जे सिख एक कदम चलदा तो गुरु करोड़ां कदम अगों होके लैण आउंदा है। पर भाई गुरदास कहिंदे कदी अगली पंक्ति पढ़ के विचार के ते सतगुरु दे कोलों इह दात मंगिया कर भी सतगुरु मैनू अपने नाम दी दात दिओ। जदों नाम दी दात शब्द दी दात गुरु कोलों मंगेगा फिर गुरु भी करोड़ां कदम अगों होके लैण आएगा। कहिंदे एक बार सतगुर मंत्र सिमरन मात्र ताहे गुर सर्ब निदान दान देत है। जिहड़ा गुरु दे एक वार भी शब्द नूं जप लवे, गुरु दे शब्द नूं जपदा जिहड़ा एक वार ते गुरु अपने वलों नूं सारे खजाने दे देंदा है।
फिर कहिंदे भावें भावनी भगत भाए कौडी अगर भाग रखे भावना दे नाल शरदा दे नाल जदों भगती दी दात अंदर होवे फिर भावें एक कौडी भी अपने गुरु नूं भेटा क्यों ना कर देवे ते गुरु वह भी प्रवान कर लैंदा कौडी भी। इस करके गुरु ए प्रेम दा भुख है प्रेम दा रब जातां पातां नहीं देखदा अमीरी राज भाग नहीं वह शरदा देखदा। कहिंदे भावनी भगत भाए कौडी अगर भाग रख है ताहे गुर सर्ब निदान दान देत है सत गुर दया निद। कहिंदे गुरु मेरा दया दा रहमत दा खजाना है सत गुर दया निद महिमा अगाध बोध नमो 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 नेत है। भाई गुरदास कहिंदे मैं अपने सतगुरु नूं हमेशा नमस्कार करदा मैं वंदना करदा जेड़ा मेरा सतगुरु अपने सेवक दी भावना नूं देखदा है। इस करके सतगुरु कृपा करदे ने भी मालक है मेरा जेड़ा वो भावना दा भुख है भावना दा। इस करके गोबिंद भाओ भगत का भूखा मेरा गोबिंद मेरा मालक भगती ते भावना ते प्रेम दा ही भुख है। ते सतगुरु अज कृपा करदे ने भगत कबीर साहब दा पावन वचन है कहिंदे भी राजन कौन तुम्हारे आवे ऐसो भाओ बिदर को देखियो ओहो गरीब मोहे पावे। श्री कृष्ण ने आखिया भी ऐ राजे दुर्योधन तेरे घर कौन आवेगा तेनू तो हंकार है तेनू माण है अपने राज भाग ते। पर कबीर साहब कहिंदे मेरे रब ने मेरे मालक ने केवल ते केवल प्यार देखिया बिदर दा दुर्योधन दा हंकार देखिया राजन कौन तुम्हारे आवै दुर्योधन राजे तेरे घर कौन आएगा ऐसो भाओ बिदर को देखियो इस तरह दा प्यार भावना बिदर दी देखी गई ओ गरीब मोहे भावै। रब ने आखिया भी ओ गरीब मैनू पाउंदा जेड़ा हक सच दी कमाई ते निरपार है जेड़ा रब दे गुणा नू गाउंदा जेड़ा रब रब ते आउंदा। इस करके हस्ती देख भरम ते भूला हाथी नू देख के राज भाग देख के घोड़े ते फौजां देख के दुर्योधन रब नू भुल गया भी मेरे वर्गा कोई शक्तिशाली राजा नहीं हो सकता। कहिंदे हस्ती देख भरम ते भूला श्री भगवान ना जाने आ उन्हें राज भाग दे नशे दे वेच रब नू समझिया ही नहीं रब नू जानिया ही नहीं हंकार पैदा हो गया। जदों रब नू ना जानिया ना समझिया फिर होया कि मालक वह दुर्योधन दे घर नहीं वह बिदर दे घर वेच गया। पर तुमरो दूध बिदर को पानो अमृत कर मैं मानिया। कबीर साहब कहिंदे मेरे मालक ने मेरे भगवान ने मेरे रब ने यह गल आखी भी तुमरो दूध ऐ दुर्योधन तेरे घर का दुध ते बिदर को पानो बिदर दे घर का पानी एक बराबर है भाव कि बिदर दे अंदर प्रेम है भगती है भावना है हक है सच है दया धर्म सत संतोख धीरज ये दाता उहदे अंदर ने पर उधर केवल हंकार है। कहिंदे तुमरो दूध दुर्योधन दे घर का दुध बिदर को पाणो बिदर दे घर का पानी अमृत कर मैं मानिया। मेरे मालक मेरे रब ने उन्हूं अमृत करके मनिया अमृत करके। इस करके सतगुरु धन श्री गुरु ग्रंथ साहिब महाराज की बाणी में एक पावन बचन है शहीदां दे सिरताज गुरु अर्जन साहिब महाराज दा उस पावन शब्द दे विच सतगुरु ने एक कृपा कीती है भी संत जना का लूंगरा ओढ़ नगण ना होई
साकत सिर पाओ रेशमी पहरत पत खोई। कहिंदे भी जे रब दे प्यारे भगत दे घरों कोई पाटी लीर भी मिल जावे, कोई पाटा कपड़ा मिल जावे, ओनू भी ओढ़न दे नाल जिहड़ी इज्जत है वह संसार विच बनी रहिंदी है। ते साकत सिर पाओ रेशमी पहरत पत खोई, ते साकत बंदे दे घरों, साकत दे घरों भावें रेशमी सरोपा भी क्यों ना मिल जावे, ते कई वारी वह भी ओढ़न दे नाल पत है जिहड़ी इज्जत है वह नहीं रहिंदी। इस करके जिहदे अंदर भावना है, जिन्हें संसार दे अंदर अपनी इज्जत आवरू नू कायम रखे है, उदे घर दे विचों जेकर पाटी लीर गोदड़ी भी मिल जावे ते ओ भी पहनन नाल इज्जत पत संसार च बनी रहिंदी है। ते जेड़े अपनी कमाई ते निर्भर नहीं, लोभी ते लालतियां त्रिशनालुआं दे घरों मिले हुए रेशम दे कपड़ियां दे नाल भी पत इज्जत नहीं रहिंदी। इस करके सतगुरु कृपा करदे कहिंदे भी जेकर ग्रह साकत छत्ती प्रकार ते बिखू समान, जे साकत बंदे दे घर दे विचों खादे हुए छत्ती प्रकार दे भोजन ते बंदा आखे भी मेरी तृप्ति हो गई है छत्ती प्रकार दे भोजन नाल, सतगुरु कहिंदे नहीं, ये छत्ती प्रकार दे जिहड़े भोजन ने ये जहर ने जहर, पर हक अते सच दे नाल पियाया होया पानी भी मेरे मालक नूं अमृत जापदा है अमृत। अमीरां दे घर दा दुध भी पानी दा मुकाबला नहीं कर सकदा। कहिंदे खीर समान साग मैं पाया, गुण गावत रैन बिहानी। मेरे मालक ने जदों भगती वेखी अपने सेवक दी ते श्री कृष्ण ने रहना पसंद किया बिदर दे घर विच, ते उन्ने भावें साग तैयार किया वह भी खीर दे समान है, पक्की होई खीर दे मुताबक खाधा है, ते गुण गा के मालक दे नाम नू जप के उहदी वडियाई करके सारी रात बिता दित्ती। इस करके मेरा मालक है जिहड़ा वह भावना देखदा है, भावनी भगत भाए कौडी अगर भाग रख है। सतगुरु गुरु हरगोबिंद साहब महाराज ते बादशाह जहांगीर दे तंबू दोवां जणियां दे लगे होए ने, पर एक गरीब घाई सिख आउंदा है वह भुलेखे दे नाल जहांगीर दे तंबू विच चलिया जांदा है, एक टका अगे रख के वह कहिंदा है भी मेरा जिहड़ा जम्मण मरण है तुसीं उह दूर कर दिओ, किरपा करो मेरा आवागमन कट दिओ, जम्मण मरना मेट दिओ। ते जहांगीर आखदा भी तैनूं भुलेखा लग गया, इत्थों धन मिल सकदा है, माया मिल सकदी, दुनियावी सुख, पर तेरा जम्मण ते मरना इत्थे नहीं, आओ परले सामने तंबू दे विच कट्टिया जा सकदा है। पता लगा सिख नूं, उहने बादशाह जहांगीर दे अगों एक टका रखिया सी जिहड़ा उह चुक लिया, चुकिया ते घा दी पंड चुक के तुरन लगा, ते सिपाहियां ने आखिया भी इहदे विच बादशाह जहांगीर दी बेइज्जती है, हानी है, तू दस तैनूं किन्ना धन दईए, इस घा दी पंड ते टके दे बदले तैनूं धन दे दिंदे आ। सिख ने आखिया नहीं, मैं इस धन भुखा नहीं, यह हक सच दी कमाई दा जिहड़ा टका ते घा दी पंड मैं आप खोतर के तैयार कीती है, ये उस सतगुरु नूं भेटा करांगा जिहड़ा मेरा जम्मण ते मरण कट्टेगा। इन्हें चुकी घा दी पंड एक टका बादशाह दे दरबार विचों तुर पिया। जहांगीर ने अपने सिपाहियां नूं भेजिया भी देखो कि यह सिख दे मन दे अंदर विश्वास है सतगुरु दे प्रति। होया कि जदों यह सिख घा दी पंड लै के सतगुरु दे दरबार च पहुंचिया, पसीने दे नाल मुड़के दे नाल कपड़े बिल्कुल भिजे पए, गुरु हरगोबिंद साहिब महाराज अपने आसन तो आके
ਆਪਣੀਆਂ ਬਾਹਾਂ 'ਚ ਕਲਾਵੇ ਦੇ ਵਿੱਚ ਸਿੱਖ ਨੂੰ ਲਿਆ, ਘੁੱਟ ਕੇ ਜੱਪੀ ਪਾਈ, ਕਹਿਣ ਲੱਗਾ ਸਤਿਗੁਰੂ ਮੈਂ ਭੁੱਲ ਗਿਆ, ਇਸ ਕਰਕੇ ਬਖਸ਼ ਦਿਓ, ਕਿਰਪਾ ਕਰੋ, ਮੇਰੇ 'ਤੇ ਰਹਿਮਤ ਕਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਦੀ ਇਸ ਭੇਟਾ ਨੂੰ ਪ੍ਰਵਾਨ ਕੀਤਾ, ਗਲ ਦੇ ਨਾਲ ਲਾਇਆ ਅਤੇ ਸਤਿਗੁਰੂ ਨੇ ਇੱਕ ਟਕਾ ਵੀ ਹੱਕ ਅਤੇ ਸੱਚ ਦੀ ਕਮਾਈ ਦਾ ਸਾਰੇ ਖਜ਼ਾਨੇ ਸਮਝ ਕੇ ਆਪਣੇ ਸਿੱਖ ਦਾ ਇਹ ਪ੍ਰਵਾਨ ਕੀਤਾ। ਇਸ ਕਰਕੇ ਮੇਰਾ ਮਾਲਕ ਹੈ ਜਿਹੜਾ, ਉਹ ਕੇਵਲ ਭੇਟਾਵਾਂ ਨਹੀਂ, ਉਹ ਪਿਆਰ ਦੇਖਦਾ, ਉੱਚੀਆਂ ਜ਼ਾਤਾਂ ਨਹੀਂ, ਰਾਜ ਭਾਗ ਦੇ ਨਸ਼ੇ ਨਹੀਂ। ਮੇਰਾ ਸਤਿਗੁਰੂ ਕੇਵਲ ਅਤੇ ਕੇਵਲ ਭਾਵਨਾ ਦੇਖਦਾ। ਕਹਿੰਦੇ ਹਸਤੀ ਦੇਖ ਭਰਮ ਤੇ ਭੁੱਲਾ, ਸ਼੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੁੱਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਮੈਨੂੰ ਬਣਿਆ ਹੋਇਆ ਸਾਗ ਵੀ ਪੱਕੀ ਹੋਈ ਖੀਰ ਦੀ ਨਿਆਈ ਜਾਪਿਆ, ਜਿੱਥੇ ਮੈਂ ਰਹਿ ਕੇ ਮਾਲਕ ਦੇ ਗੁਣਾਂ ਨੂੰ ਗਾਇਆ। ਕਹਿੰਦੇ ਕਬੀਰ ਕੋ ਠਾਕੁਰ ਆਨੰਦ ਵਿਨੋਦੀ, ਕਬੀਰ ਸਾਹਿਬ ਕਹਿੰਦੇ ਮੇਰਾ ਮਾਲਕ ਮੇਰਾ ਰੱਬ ਇਸ ਤਰ੍ਹਾਂ ਦੇ ਅਸਚਰਜ ਕੌਤਕ ਵਰਤਾਉਣ ਵਾਲਾ ਹੈ, ਜਾਤ ਨਾ ਕਾਹੂ ਕੀ ਮਾਨੀ, ਪਰ ਮੇਰੇ ਮਾਲਕ ਨੇ ਅੱਜ ਤੱਕ ਕਿਸੇ ਦੀ ਜ਼ਾਤ ਪਾਤ ਨੂੰ ਨਹੀਂ ਮੰਨਿਆ, ਉਹਨੇ ਭਾਵਨਾ ਨੂੰ ਦੇਖਿਆ। ਸਤਿਗੁਰੂ ਕਿਰਪਾ ਕਰਨ ਸਾਡੀ ਵੀ ਭਾਵਨਾ ਇਸ ਤਰ੍ਹਾਂ ਦੀ ਬਣ ਜਾਵੇ, ਜਿਸ ਦੇ ਸਦਕਾ ਬਾਣੀ ਸਾਡੇ ਜੀਵਨ ਦਾ ਆਧਾਰ ਬਣੇ, ਅਤੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਖਸ਼ਿਸ਼ ਦੇ ਪਾਤਰ ਅਸੀਂ ਬਣਨਾ। ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।